हास्या च रंग भरन लई अपने वर्गे कलाकारां नूं मिलना जरूरी है। हाँ जी, ना हैलो ना हाए ना कोई हाहाकार जी, सीधे साधे बंदिया ते सति श्री अकाल जी। ते दो दिन हो गए बारिश पै रही सी, आपां घर ही सीगे। अज संडे हैगा, अज तां मैनूं छुट्टी हुंदी हैगा, अज मैं घर ही सीगा। मैं सुत्ता उठ के सीधा बस चाह पी के पार्क कनी नूं आ गया, क्योंकि दो दिन हो गए मैं किसी नूं नहीं मिलिया हैगा, घर ही बैठा रहा। बारिश ने मिलने नहीं दिता हैगा, बाहर ही नहीं निकले हैगे। तो अज मैं बाहर निकलिया, इधर स्कूल कनी आया सीगा, तो आपां नूं अपना भरा मिलिया हैगा। तो साल डेढ़ साल बाद आया गा, दुबई गया हस गया बाहर। तो बड़िया बस बड़े पैसे खट के लैके आया गा, उही बस पैसों की ये सांझ करनी सी भी थोड़े मोटे दे दे वीरे, तो आप बंदे नाल मिलाने गए। हाँ जी वीरे आशीष, की हाल चाल है तेरा? वधिया वीरे। होर सुना नमिता जी? किवें रहा फिर? वधिया रहा। एक साल जिहड़ा तू गायब रहा पिंड चों, गलियां सुन्नियां हो गईयां सी, गलियां जिहड़ियां उच्चे नीवें हो गईयां सी ना, हुण ठीक हो गईयां। हुण रीलां बना दे बाकी बाई ने दो तीन रीलां बना लिया, अपलोड भी करती इंस्टाग्राम ते आपदे ते, ते देखियो बाई दी बड़िया घैंट बनाउंदा गा बाई। ते बाकी अज पिंड आगे इंजो मस्ती चलती रहूगी बाई देख देंगे, सो दो तीन क्लिप इदा देवे भी की करते हैं की नहीं। बाकी हले तो अभी उरे स्कूल चाहे, इधर कोई आ नहीं रहा है, जो कोई आया बंदा ਤਾਂ ਉਹਦੇ ਨਾਲ ਇੱਕ ਦੋ ਸ਼ੋਟ ਲੈ ਲਾਂਗੇ। ਬਾਕੀ ਇੱਦਾਂ ਹੀ ਬਲੌਗ ਦੇ ਨਾਲ ਜੁੜੇ ਰਹੋ ਤੇ ਤੁਸੀਂ ਦੱਸਿਓ ਵੀ ਬਲੌਗ ਕਿੱਦਾਂ ਦਾ ਹੈ। ਹਾਂ ਇੱਦਾਂ ਹੀ ਸਾਡੀ ਭਕਾਈ ਸੁਣੀ ਜਾਇਓ, ਬਾਕੀ ਤੁਹਾਨੂੰ ਵਧੀਆ ਲੱਗੇ ਨਾ ਲੱਗੇ ਸ਼ੇਅਰ ਜ਼ਰੂਰ ਕਰ ਦਿਓ। ਵਧੀਆ ਲੱਗਿਆ ਤਾਂ ਫੋਲੋ ਕਰ ਲਓ, ਨਹੀਂ ਵਧੀਆ ਲੱਗਿਆ ਤਾਂ ਅਨਫੋਲੋ ਕਰਕੇ ਅੱਗੇ ਵਗ ਜਾਓ, ਨਹੀਂ ਸ਼ੇਅਰ ਜ਼ਰੂਰ ਕਰ ਦਿਓ। ਚਲੋ ਠੀਕ ਆ ਜੀ, ਅੱਗੇ ਬਣਾਉਂਦੇ ਆ ਫਿਰ ਆਪਾਂ। ਕੀ ਹਾਲ ਆ? ਕੀ ਹਾਲ ਆ? ਵਧੀਆ। ਕਿੱਥੇ ਚੱਲਿਆ? ਸਾਰੇ ਜਣੇ ਉੱਥੇ ਨੇ ਸਕੂਲ 'ਚ, ਠੀਕ ਆ। ਕੀ ਹਾਲ ਆ ਵੀਰੇ? ਵੀਰੇ ਹੱਥ ਤਾਂ ਮਿਲਾ ਜਾ ਯਾਰ ਵੀਰੇ। ਅਤੇ ਹਾਂਜੀ ਵੀਰੇ, ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਸਾਡੇ ਪਿੰਡ ਦੇ ਵਿੱਚ ਆਹ ਦਰਵਾਜ਼ਾ ਬਣਾਇਆ ਸੀਗਾ, ਜੋ ਕਿ ਇੱਕ ਪਾਸਾ ਪਾਰਕ ਦੇ ਨਾਲ ਲੱਗਦਾ ਹੈਗਾ, ਦੂਜਾ ਪਾਸਾ ਸਕੂਲ ਦੇ ਨਾਲ ਲੱਗਦਾ ਹੈਗਾ। ਇਹਨਾਂ ਪਹਿਲਾਂ ਟੁੱਟਿਆ ਹੋਇਆ ਸੀਗਾ, ਅਤੇ ਇਸਦੀ ਮੁਰੰਮਤ ਵਗੈਰਾ ਕਰਕੇ ਅਤੇ ਇਹਨੂੰ ਨਿਊ ਮਾਡਲ 'ਚ ਬਣਾ ਤਾ। ਅਤੇ ਬਾਕੀ ਕਮੈਂਟ ਕਰਕੇ ਦੱਸੋ ਵੀ ਦਰਵਾਜ਼ਾ ਕਿੱਦਾਂ ਦਾ ਹੈਗਾ। ਅਤੇ ਸ਼ੀਸ਼ ਮੈਨੂੰ ਕਹਿੰਦਾ, ਮੇਰੀ ਕਹਿੰਦਾ ਸਲੋਮੋ 'ਚ ਕਹਿੰਦਾ ਵੀਡੀਓ ਬਣਾ ਦੇ ਨਾਲੇ। ਮੈਂ ਕਿਹਾ ਮਹਾਂ ਵੀਡੀਓ ਤਾਂ ਬਣਾ ਦਿੰਦੇ ਹਾਂ, ਬਹਾਨੇ ਨਾਲ ਨਾਲੇ ਦਰਵਾਜ਼ਾ ਦਿਖਾ ਦਿੰਦੇ ਹਾਂਗੇ। ਬਾਕੀ ਵੀਰੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਅਤੇ ਆਪਣਾ ਬਲੌਗ 'ਚ ਜ਼ਰੂਰ ਸ਼ੇਅਰ ਕਰਿਓ, ਬੜੀ ਮਿਹਨਤ ਲੱਗਦੀ ਯਾਰ ਬਲੌਗ ਬਣਾਉਣ ਲੱਗੇ ਵੀ। ਅਤੇ ਹਾਂਜੀ ਵੀਰੇ, ਅਸੀਂ ਉੱਧਰੋਂ ਤਾਂ ਸਕੂਲ 'ਚੋਂ ਆ ਗਏ ਸੀਗੇ, ਅਤੇ ਕਹਿੰਦਾ ਮੈਨੇ ਰੋਟੀ ਖਾਣੀ ਹੈ, ਕਹਿੰਦਾ ਫਿਰ ਮਿਲਦੇ ਹਾਂ, ਕਹਿੰਦਾ ਮੈਂ ਰੋਟੀ ਰੋਟੀ ਖਾ ਕੇ ਆਉਣਾ। ਮੈਂ ਕਿਹਾ ਅਸੀਂ ਇੱਧਰ ਨੂੰ ਜਾਂਦੇ ਹਾਂਗੇ, ਮੈਂ ਕਿਹਾ ਪਾਰਕ ਵਿੱਚ ਦੀ, ਅਤੇ ਮੈਂ ਵੀ ਕਾਫੀ ਟਾਈਮ ਹੋ ਗਿਆ ਇੱਧਰ ਆਇਆ ਨਹੀਂ ਸੀਗਾ ਹੈ ਨਾ। ਅਤੇ ਇੱਕ ਨਾ ਇੱਧਰ ਸਾਡੇ ਉਰੇ ਪਾਰਕ ਦੇ ਨਾਲ ਨਾ ਸਕੂਲ ਦੇ ਨਾਲੇ ਦਰਵਾਜ਼ਾ ਬਣਾਇਆ, ਬੜਾ ਘੈਂਟ ਜਿਹਾ ਬਣਾ ਰੱਖਿਆ ਹੈਗਾ। ਪਹਿਲਾਂ ਇਹ ਟੁੱਟਿਆ ਜਿਹਾ ਹੋਇਆ ਸੀਗਾ, ਇਹਨੂੰ ਮੁਰੰਮਤ ਜੀ ਕਰਕੇ ਨਵਾਂ ਬਣਾ ਤਾ ਹੁਣ। ਜਦੋਂ ਮੈਂ ਬਾਹਰ ਤੇ ਨਾ ਜੇ ਮੈਂ ਦੇਖਿਆ ਕਰਾਂ ਆਹ ਦਰਵਾਜ਼ੇ ਵਾਸਤੇ, ਪਤਾ ਕੀ ਕਹਿੰਦੇ ਹੁੰਦੇ ਤੇ? ਇੱਧਰ ਖੜ ਜਾ ਖੜ ਜਾ, ਹੁਣ ਦੱਸ ਹੁਣ ਦੱਸ। ਹੁਣ ਤਾਂ ਪਿੰਡ 'ਚ ਕੋਈ ਗਾਲਾਂ ਹੀ ਕੱਢਦੇ ਨੇ। ਹਾਂ ਪਹਿਲਾਂ ਵੀਡੀਓ ਪਾਏ ਕਰਦੇ ਸਾਡੇ ਪਿੰਡ ਵਿੱਚ ਵਸਦਾ ਰੱਬ ਵੇ। ਵੈਸੇ ਇਹੀ ਚੀਜ਼ ਮੈਂ ਕਹਿਣਾ ਚਾਹੁੰਦਾ ਸੀਗਾ, ਅਤੇ ਜਦ ਮੈਂ ਨਾ ਉਹ ਕੰਮ 'ਤੇ ਹੀ ਸੀਗਾ ਅਤੇ ਮੇਰੇ ਨਾਲ ਦੇ ਦੋਸਤਾਂ ਨੇ ਬੜਿਆਂ ਨੇ ਉਹ ਲਾ ਰੱਖੀ ਵੀਰੇ, ਅਤੇ ਸਟੋਰੀ ਵਟਸਐਪ ਦੇ ਉੱਤੇ ਅਤੇ ਇੰਸਟਾਗ੍ਰਾਮ ਹਰ ਕਿਤੇ ਸਟੋਰੀ ਪਾਈ ਉਹਨਾਂ ਨੇ, ਮੇਰੇ ਪਿੰਡ ਵਿੱਚ ਵਸਦਾ ਰੱਬ ਹੋਏ। ਦੇਖੋ ਕਿੰਨਾ ਘੈਂਟ ਬਣਾ ਰੱਖਿਆ ਦਰਵਾਜ਼ਾ ਜਿਹਾ, ਪਹਿਲਾਂ ਇਹ ਟੁੱਟਿਆ ਹੋਇਆ ਸੀਗਾ, ਬੜਾ ਘੈਂਟ ਬਣਾਤਾ ਹੁਣ ਇਹਨਾਂ ਸਰਪੰਚ ਨੇ, ਵਧੀਆ ਬਣਾਇਆ, ਵਧੀਆ ਕੰਮ ਕਰ ਰਿਹਾ ਸਰਪੰਚ ਕੁਝ ਕੁ। ਹੋਰ ਸੁਣਾ, ਹੋਰ ਨਮਿਤਾ ਜੀ ਬਸ ਵਧੀਆ ਵੀਰੇ, ਕੀ ਹਾਲ ਹੈ ਵੀਰੇ ਤੇਰਾ?
ਪਰ ਠੀਕ ਠੀਕ ਜੀ। ਓਕੇ ਚਲ ਮਿਲਦੇ ਆ ਫਿਰ। ਹਾਂ ਜੀ ਹਾਂ ਜੀ। ਕੀ ਹਾਲ ਆ ਤੇਰਾ? ਵਧੀਆ। ਹੋਰ ਫਿਰ ਸੈੱਟ? ਵਧੀਆ। ਉਹ ਕਿੱਥੇ ਨੇ, ਕੀ ਨਾਮ ਉਹਦਾ? ਗਗਨੀ ਉਰੀ। ਹਾਂ ਕਰੀ ਹੁਣ। ਚਲ ਮਿਲਦੇ ਆ ਫਿਰ। ਬਲੌਗ ਬਣਾਉਂਦਾ ਹਾਂ। ਹਾਂ ਤੇ ਹਾਂਜੀ ਆਪਾਂ ਨੂੰ ਹੁਣ ਰਸਤੇ ਦੇ ਵਿੱਚ ਲੱਕੀ ਮਿਲ ਗਿਆ ਸੀਗਾ ਤੇ ਇਹਦੇ ਤੋਂ ਪੁੱਛਿਆ ਮੈਂ ਕਿਹਾ ਕੀ ਹਾਲ ਚਾਲ ਆ ਤੇਰਾ, ਕਹਿੰਦਾ ਵਧੀਆ ਹੈਗਾ। ਤੇ ਹੋਰ ਲੱਕੀ ਹੋਰ ਸੁਣਾ ਨਮਿਤਾ ਜੀ, ਕਾਫੀ ਦਿਨਾਂ ਬਾਅਦ ਮਿਲੇ ਹੈਗੇ। ਪੇਪਰ ਚੱਲ ਰਹੇ ਨੇ ਬਸ ਹੁਣ। ਪੇਪਰ ਚੱਲ ਰਹੇ ਨੇ? ਕਿੰਨੇ ਕਰ ਹੈਗੇ? ਹਾਲੇ ਸਟਾਰਟ ਹੀ ਹੋਏ ਨੇ ਹੁਣ, 500 ਤੋਂ ਨੇ। ਅੱਛਾ ਸੋਮਵਾਰ ਤੋਂ? ਹਾਂ ਮੀਚ ਵੀ ਬੁਲਾਇਆ, ਪੀਰੀਅਡ ਲਾਏ ਨੇ ਸਰਾਂ ਨੇ, ਬਹੁਤ ਸਵਾਦ ਲਿਆ। ਕੀ ਹਾਲ ਆੜੀ ਤੇਰਾ? ਇਹ ਵੀ ਇਹ ਰਾਜੂ ਦਾ ਮੁੰਡਾ। ਹੋਰ ਸੁਣਾ ਨਮਿਤਾ ਜੀ, ਕੱਲ ਮੀਂਹ ਚ ਭਿੱਜੇ ਫੁੱਲ? ਕੱਲ ਤਾਂ ਯਾਰ ਮੀਂਹ ਨੇ ਤਾਂ ਬਾਹਰ ਹੀ ਨਹੀਂ ਨਿਕਲਣ ਦਿੱਤਾ, ਮੈਂ ਤਾਂ ਆਇਆ ਹੀ ਨਹੀਂ ਹੈਗਾ ਬਾਹਰ, ਸਾਰਾ ਦਿਨ ਅੰਦਰੇ ਬੈਠਾ ਰਿਹਾ। ਮੇਰੀ ਤਾਂ ਵਰਦੀ ਧੋਣ ਵਾਲੀ ਪਈ ਆ। ਚੱਲ ਠੀਕ ਆ ਮਿਲਦੇ ਆ ਫਿਰ। ਚੰਗਾ ਓਕੇ। ਤੇ ਹਾਂਜੀ ਵੀਰੇ ਆਪਾਂ ਗੇੜੇ ਗੂੜੇ ਕੱਢ ਕੇ ਪਿੰਡ ਦੇ ਵਿੱਚ ਫਿਰ ਆਪਾਂ ਆਪਣੀ ਉਹੀ ਲੋਕੇਸ਼ਨ 'ਤੇ ਆ ਗਏ ਜਿੱਥੇ ਆਪਾਂ ਸਵੇਰੇ ਸ਼ੀਸ਼ ਨੂੰ ਮਿਲੇ ਸੀਗੇ। ਤੇ ਹੁਣ ਆਪਣਾ ਬਾਈ ਮਿਲਿਆ ਸੀਗਾ ਆਪਾਂ ਨੂੰ ਵਿੱਕੀ, ਅਤੇ ਇੱਕ ਆਹ ਮੁੰਡਾ ਮਿਲਿਆ ਸੀਗਾ, ਕੀ ਨਾਮ ਆ ਤੇਰਾ? ਤੇਰਾ ਨਾਮ ਕੀ ਆ? ਸਾਹਿਲ। ਤੇ ਆਪਾਂ ਇਹਨਾਂ ਨਾਲ ਮਿਲਾਉਂਦੇ ਹਾਂਗੇ। ਕੀ ਹਾਲ ਆ ਸਾਹਿਲ, ਪਹਿਲਾਂ ਤੂੰ ਮਿਲ। ਹੋਰ ਵਧੀਆ ਵੀਰੇ। ਤੇ ਹਾਂ ਬਈ ਵਿੱਕੀ ਕੀ ਹਾਲ ਆ? ਵਧੀਆ ਬ੍ਰੋ, ਤੂੰ ਸੁਣਾ। ਤੇ ਵੀਰੇ ਆਉਣ ਸਾਰ ਨਾ ਇਹਨਾਂ ਨੇ ਬਾਈਆਂ ਨੇ ਕਿਹਾ, ਕਹਿੰਦੇ ਯਾਰ ਗਾਣਾ ਕਹਿੰਦੇ ਵਧੀਆ ਸੀਗਾ। ਮੈਂ ਕਿਹਾ ਯਾਰ ਗਾਣੇ ਬਾਰੇ ਥੋੜ੍ਹੀ ਜਿਹੀ ਤਾਰੀਫ ਕਰੀ ਆਪਣੀ ਇਹਨਾਂ ਨੇ ਬਾਈਆਂ ਨੇ, ਅਤੇ ਇੱਕ ਉਹ ਖੜਿਆ ਹੈਗਾ ਅਤੇ ਉਹ ਬਾਈ ਆਪਣਾ ਆਸ਼ਿਕ ਭਾਈ ਜੀ ਲੱਗ ਰਹੇ ਨੇ ਇੱਧਰ ਫੋਨ ਦੇ ਉੱਤੇ, ਅਤੇ ਮੈਨੂੰ ਦੇਖ ਕੇ ਜਦੀ ਉੱਠ ਕੇ ਵਾਗਾ ਵੀ ਮੇਰੀ ਵੀਡੀਓ ਨਾ ਬਣਾ। ਨਹੀਂ ਨਹੀਂ ਬਣਾਉਂਦਾ ਤੇਰੀ ਵੀਡੀਓ, ਟੈਨਸ਼ਨ ਨਾ ਲੈ। ਅਤੇ ਹੋਰ ਆਪਾਂ ਹਾਂਜੀ ਆ ਬਾਈਆਂ ਨੇ ਆਪਣੀ ਤਾਰੀਫ ਕਰੀ ਹੈ ਕਿ ਤਿੰਨਾਂ ਨੇ ਗਾਣੇ ਦੀ, ਕਹਿੰਦੇ ਇਹ ਗਾਣਾ ਕਹਿੰਦੇ ਵਧੀਆ। ਮੈਂ ਕਿਹਾ ਧੰਨਵਾਦ ਤੁਹਾਡਾ, ਮੈਂ ਕਿਹਾ ਜੀ ਧੰਨਵਾਦ ਤੁਹਾਡਾ। ਤੇ ਮੈਂ ਕਿਹਾ ਯਾਰ ਕਮੈਂਟ ਕਮੁੰਟ ਤਾਂ ਕਰਿਆ ਨਹੀਂ ਹੈਗਾ, ਫਾਇਦਾ ਤਾਂ ਤਾਂ ਹੀ ਹੁੰਦਾ ਨਾ ਜੇ ਕਮੈਂਟ ਕਰਦੇ ਹਨਾ। ਤੇ ਹੋਰ ਨਵਿਤਾ ਜੀ ਠੀਕ ਆ? ਸਾਰਾ ਠੀਕ ਆ। ਹੋਰ ਸਾਹਿਲ ਵਧੀਆ ਵੀਰੇ? ਹੋਰ ਸੁਣਾ ਨਮਿਤਾ ਜੀ ਤੂੰ ਵਧੀਆ ਵੀਰੇ? ਠੀਕ ਆ ਠੀਕ ਆ। ਵਿਆਹ ਆ ਰਿਹਾ ਹੈ ਫਿਰ ਤੁਹਾਡੇ? ਹਾਂਜੀ। ਟੱਪੇਗਾ ਕਿ ਨੱਚੇਗਾ? ਨੱਚੇਗਾ, ਮੈਨੂੰ ਲੱਗਾ ਕਿਤੇ ਟੱਪੇਗਾ, ਟੱਪ ਤਾਂ ਨਹੀਂ ਹੈਗਾ। ਉਹ ਤਾਂ ਵੀਰੇ ਡੀਜੇ ਦੇ ਉਹ ਪਾ ਹੋ ਗਿਆ ਵੀਰੇ, ਉੱਥੇ ਨਾ ਕੀ ਕਹਿੰਦੇ ਨੇ ਪਟਾਕਾ ਪੈ ਗਿਆ, ਅਤੇ ਕਾਫੀ ਟਾਈਮ ਦੇ ਨਾ ਉੱਥੇ ਨਾ ਮੀਟਰ ਜੇ ਸੈੱਟ ਕਰ ਰਹੇ ਸੀਗੇ। ਮੈਂ ਜਦੋਂ ਦਾ ਉਹ ਪਹਿਲਾਂ ਆਪਾਂ ਵੀਡੀਓ ਬਣਾਈ ਸੀਗੀ ਉਦੋਂ ਦੇ ਮੀਟਰ ਸੈੱਟ ਕਰ ਰਹੇ ਤੇ, ਪਰ ਹਾਲੇ ਤੱਕ ਪਤਾ ਨਹੀਂ ਹੋ ਗਿਆ ਪਤਾ ਨਹੀਂ ਨਾ। ਅਤੇ ਹੁਣ ਹੀ ਉਰੋਂ ਪਟਾਕਾ ਜਿਹਾ ਪਿਆ ਮੈਨੂੰ ਲੱਗਦਾ ਜਦੋਂ ਉਹਨਾਂ ਨੇ ਤਾਰ ਲਈ, ਅਤੇ ਮੈਂ ਵੀ ਹੁਣ ਪਟਿਆਲੇ ਜਾਣਾ ਹੈਗਾ, ਟਾਈਮ ਹੋ ਰਿਹਾ ਆਪਣਾ। ਮੈਂ ਸੋਚਦਾ ਸੀਗਾ ਚਲੇ ਹੀ ਜਾਈਏ, ਘੁੰਮੇ ਆਈਏ ਮਾੜਾ ਜਿਹਾ ਫੋਟੋ ਇੱਧਰ ਉੱਧਰ। ਅਤੇ ਬਾਕੀ ਵਲੌਗ ਦੇ ਨਾਲ ਜੁੜੇ ਰਹੋ, ਇੱਦਾਂ ਹੀ ਤੁਹਾਨੂੰ ਇੱਕ ਦੋ ਬੰਦੇ ਨਾਲ ਹੋਰ ਮਿਲਾਉਂਦੇ ਹੈਗੇ। ਅਤੇ ਹਾਂਜੀ ਆਪਣਾ ਵਲੌਗ ਇੱਦਾਂ ਹੀ ਚੱਲ ਰਿਹਾ ਸੀਗਾ, ਅਤੇ ਮੈਂ ਉਸ ਤੋਂ ਬਾਅਦ ਪਟਿਆਲੇ ਵੱਗ ਗਿਆ ਸੀਗਾ। ਪਟਿਆਲੇ ਮੈਨੂੰ ਥੋੜ੍ਹਾ ਜਿਹਾ ਕੋਈ ਕੰਮ ਸੀਗਾ, ਮੈਂ ਪਟਿਆਲੇ ਤੋਂ ਹੁਣੇ ਆ ਕੇ ਇੱਧਰ ਸਕੂਲ 'ਚ ਆ ਗਿਆ ਸੀਗਾ, ਅਤੇ ਸਕੂਲ 'ਚ ਉਰੇ ਜਵਾਕ ਜਵੂਕ ਖੇਡ ਰਹੇ ਅਤੇ ਉਰੇ ਆਪਾਂ ਨੂੰ ਮੁੰਡਾ ਮਿਲਿਆ, ਬੜੀਆਂ ਘੈਂਟ ਗੱਲਾਂ ਕਰਦਾ ਹੈ, ਆਪਾਂ ਇਹਦੇ ਨਾਲ ਤੁਹਾਨੂੰ ਮਿਲਾਉਂਦੇ ਹਾਂ। ਅਤੇ ਹਾਂਜੀ ਕੀ ਹਾਲ ਆ? ਵਧੀਆ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾ ਕੀ ਹਾਲ ਚਾਲ ਆ ਤੇਰਾ? ਵਧੀਆ ਜੀ। ਅਤੇ ਹੋਰ ਨਮਿਤਾ ਜੀ? ਨਮਿਤਾ ਜੀ ਕੀ ਸੁਣਾਈਏ, ਹੁਣ ਖਬਰਾਂ ਵਾਲੇ ਸੁਣਾਉਂਦੇ ਰਹਿੰਦੇ ਨੇ। ਅੱਛਾ ਖਬਰਾਂ ਵਾਲੇ ਸੁਣਾਉਂਦੇ ਰਹਿੰਦੇ ਨੇ, ਉਹਨਾਂ ਦੀ ਸੁਣੀਏ ਮਾਣ ਚ ਹੀ ਨੀ ਕਰਿਆ ਕਦੇ। ਮੈਂ ਤੂੰ ਉਹ ਕਹਿ ਰਿਹਾ ਸੀਗਾ, ਕਹਿੰਦਾ ਮੇਰੀ ਉਹ ਕਹਿੰਦੇ ਨੇ ਸਿਲੈਕਸ਼ਨ ਹੋ ਗਈ, ਕਿੱਥੇ ਹੋ ਗਈ ਸਿਲੈਕਸ਼ਨ? ਖੋ ਖੋ ਕਾਗੀ ਵਿੱਚ ਅਤੇ ਖੋ ਖੋ 'ਚ ਸਿਲੈਕਸ਼ਨ ਹੋ ਗਈ ਹੈ। ਚਲੋ ਵਧੀਆ ਗੱਲ ਆ, ਵਧੀਆ ਵਧੀਆ ਖੇਡਿਆ ਕਰ, ਪੜ੍ਹ ਵੀ ਲਿਆ ਕਰ, ਕਿਤੇ ਖੇਡੀ ਹੋ ਜਾਣਾ। ਚਲ ਵਧੀਆ ਗੱਲ ਆ। ਅਤੇ ਚਲੋ ਠੀਕ ਆ ਜੀ, ਬਾਕੀ ਆਪਣਾ ਵਲੌਗ ਇੰਨਾ ਹੀ ਸੀਗਾ, ਅਤੇ ਜੇ ਵਧੀਆ ਲੱਗਿਆ ਤਾਂ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।